शहर पहली बार ही आया ना, तो शहर शुर घुमा गए थोड़ा जहा। ठीक है ज़फरानी? ठीक है भाई, खुश है ना? तो अगे नहीं आना है आप, अगे गया सानू घाटा जरा। कद फिरना कितने चलिए? उथे कितने हैं? तैयार हो गए तुसी? मैं तो तैयार कौन ही होया हजे, मैनू नहीं नाल लग जाना तुसी। अच्छा तुसी रहो घर, मैं कहना मैं जाना अजकल ही। नहीं तू कर रहा है अजे। अस्सलाम वालेकुम, की हाल चाल आई तुहाडा? उम्मीद करदा सारा ठीक ठाक हो गया। अल्लाह ताला दे फजल ते करम दे नाल शुरू करदे अज दा व्लॉग। मुहम्मद हुणी तैयार हो के आ गए, असी जाना 40वें ते। सनी हुणा दादा बू फोत होए सी, उन्हां दे 40वें ते जाना वा। अगे 40वां इहनां दा होया सी दारा स्कूल दे विच दादी दा। ਉਹ ਦਾਦੀ ਤੋਂ ਤਕਰੀਬਨ 2.5 ਮਹੀਨੇ ਬਾਅਦ ਨਾ ਦਾਦਾ ਬਫੋਤ ਹੋ ਗਿਆ ਇਹਨਾਂ ਦੇ। ਹੁਣ ਅੱਜ 40ਵੇਂ ਹੈ ਇਹਨਾਂ ਦਾ ਫਰੀਦਕੋਟ, ਇਹਦਾ ਚਾਚੂ ਉੱਥੇ ਰਹਿੰਦਾ, ਉਹਨਾਂ ਦਾ ਘਰ ਉੱਥੇ ਆ, ਉੱਥੇ ਜਾਵਾਂਗੇ ਅਸੀਂ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ, ਤਾਂ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਵਲੋਗ ਕਿੱਦਾਂ ਦਾ ਲੱਗਿਆ। ਪਿਛਲੀ ਵਾਰ ਜਦੋਂ ਉੱਥੇ ਗਏ ਸੀ ਨਾ, ਉੱਥੇ ਨਾ ਦਾਦਾ ਬਾਬੂ ਵੀ ਸੀਗਾ ਅਤੇ ਹੋਰ ਵੀ ਉਹਦੇ ਜਿਹੜੇ ਸੀਗੇ ਨਾ ਰਿਸ਼ਤੇਦਾਰ ਵਗੈਰਾ, ਬਜ਼ੁਰਗ ਜਿਹੜੇ ਸੀਗੇ, ਉਹ ਉਹਨਾਂ ਨਾਲ ਵੀ ਮੁਲਾਕਾਤ ਹੋਈ। ਸਾਰੇ ਜਿਹੜੇ ਨਾ ਹਿੰਦੁਸਤਾਨ 'ਚੋਂ ਜਿਹੜੇ ਬਾਬੇ ਛੱਡ ਕੇ ਆਏ ਹੋਏ ਸੀ ਨਾ, ਉਹ ਸੀਗੇ। ਉਹਨਾਂ ਵਿੱਚ ਹੁਣ ਇੱਕ ਜਾਂਦਾ ਰਿਹਾ ਇਹ, ਬਾਕੀ ਜਿਹੜੇ ਹੁਣ ਪਤਾ ਨਹੀਂ ਆਏ ਹੋਣੇ ਕਿ ਨਹੀਂ ਆਏ ਹੋਣੇ ਅੱਜ ਉੱਥੇ, ਬਾਕੀ ਚੱਲਾਂਗੇ ਦੇਖਾਂਗੇ ਉੱਥੇ ਕੀ। ਚੱਲ ਮੁਹੰਮਦ ਚੱਲ ਤੋਰ, ਠੀਕ ਹੈ ਲੈ ਲਿਓ, ਠੀਕ ਹੈ ਚਲਦੇ ਹਾਂ, ਚੱਲ ਤੋਰ। ਚਲੋ ਪੀਟਰ ਵਾਲੀ ਸਰਕਾਰ, ਚਲੋ ਅੱਗੇ ਹੋ ਨਾ, ਜੇ ਜਾਣਾ ਤਾਂ ਨਹੀਂ ਥੱਲੇ ਤਰ, ਚੱਲ ਅੱਗੇ ਹੋ, ਅੱਗੇ ਹੋ ਜਾ ਤੂੰ, ਤੂੰ ਚੰਗਾ ਤਮਾਸ਼ਾ ਲਾਇਆ ਹੈ। ਸਾਡੇ ਨਾਲ ਹੈਗਾ ਅਜਾਜ਼, ਇੱਧਰ ਅਜਾਜ਼ ਇੱਧਰ ਦੇਖੋ ਬਈ, ਅਤੇ ਨਾਲ ਸਾਡਾ ਗੁਆਂਢੀ ਜ਼ਫਰਾਨੀ। ਇਹ ਪਹਿਲੀ ਵਾਰੀ ਫਰੀਦਕੋਟ ਆਇਆ, ਉੱਧਰ ਉਹਨਾਂ ਨੇ ਸਪੀਕਰ ਚਲਾ ਲਿਆ, ਹੁਣ ਤਲਾਵਤ ਮੈਨੂੰ ਲੱਗਦਾ ਪੂਰੀ ਹੋ ਗਈ ਹੋਣੀ। ਚੱਲੀਏ ਜ਼ਫਰਾਨੀ ਹੋਏ, ਆ ਜਾ ਤੂੰ ਸਾਡੇ ਨਾਲ ਨਾਲ ਰਹਿਣਾ, ਗਵਾਚ ਜਿਵੇਂ ਇੱਥੇ ਅੱਜ ਪਹਿਲੀ ਵਾਰੀ ਆਇਆ ਨਾ। ਤਰਬੀਅਤ ਹਾਸਲ ਕਰਨੀ ਚਾਹੀਦੀ ਹੈ, ਬੰਦਾ ਉਸਤਾਦਾਂ ਕੋਲ ਰਾਵੇ, ਮਦਰਸਾ ਚ ਰਾਵੇ, ਤਰਬੀਅਤ। ਸਾਡੇ ਉਸਤਾਦ ਆਦੇ ਹੁੰਦੇ ਹਨ, ਮਦਰਸਾ ਮਾਂ ਦੀ ਗੋਦ ਦੀ ਮਿਸਾਲ ਹੈ। ਇੱਥੇ ਬੰਦਾ ਹਰ ਚੀਜ਼ ਨੂੰ ਸਿੱਖਦਾ ਹੈ, ਹਰ ਤਰਬੀਅਤ ਨੂੰ ਹਾਸਲ ਕਰਦਾ ਹੈ, ਔਰ ਇਹੋ ਟਾਈਮ ਹੈ ਸਿੱਖਣ ਦਾ, ਬਾਅਦ ਵਿੱਚ ਨਹੀਂ ਸਿੱਖ ਸਕਦਾ। ਤਾਂ ਬਹਰਹਾਲ ਸਾਰੇ ਯਾਨੀ ਇਤਨੇ ਬੜੇ ਉਲਮਾ, ਇਤਨੇ ਬੜੇ ਉਲਮਾ ਜਿਨ੍ਹਾਂ ਦੀ ਉਮਤ ਪੈਰਵੀ ਕਰਦੀ ਰਹੀ, ਤਾਂ ਉਹ ਦਰਜਾ ਇਤਿਹਾਦ ਤੇ ਫਾਇਦ ਹੋ ਕੇ ਸਾਰੇ ਫਿਕਾ ਦੇ ਮਸਾਇਲ, ਫੁਕਾ ਦੀ ਕਿਤਾਬਾਂ ਪੜ੍ਹੋ, ਜਿਹੜੀ ਚਾਹ ਕੇ ਨੋ ਹਿੱਕਾ ਹਿਦਾਇਆ ਚਾਹ ਕੇ ਨੂੰ, ਹਾਲਾਂਕਿ ਹਿਦਾਇਆ ਸ਼ਰੀਫ ਖੁਲਾਸ ਹੈ, ਸਾਹਿਬ ਹਿਦਾਇਆ ਰਹਿਮਤੁੱਲ ਅਲੈਹੀ ਤੁਝ ਕੋ ਜ਼ੁਨੇ ਹੈ ਰਹੂੰ ਸਭ ਸੇ ਬਾਲਾ, ਹੋ ਜ਼ੀਨਤ ਨਿਰਾਲੀ ਹੋ ਫੈਸ਼ਨ ਨਿਰਾਲਾ, ਜੀਆ ਕਰਤਾ ਹੈ ਕਿਆ ਯੂਹੀ ਮਰਨੇ ਵਾਲਾ, ਤੁਝੇ ਹੁਸਨੇ ਜ਼ਾਹਿਰ ਨੇ ਧੋਖੇ ਮੇਂ ਡਾਲਾ, ਜਗ੍ਹਾ ਜੀ ਲਗਾਨੇ ਕੀ ਦੁਨੀਆ ਨਹੀਂ ਹੈ, ਯੇ ਇਬਰਤ ਕੀ ਜਾ ਹੈ ਤਮਾਸ਼ਾ ਨਹੀਂ। ਬਹਿ ਹੁਣ, ਸਾਈਕਲ ਆਪਣੇ ਸੜ ਗਿਆ ਹੁਣੇ, ਇਹਨਾਂ ਨੂੰ ਰੇੜੋ ਇੱਥੋਂ ਬਈ, ਉਹ ਸ਼ਾਂਤ ਕਰੋ ਇਹਨਾਂ ਨੂੰ, ਚੰਗੇ ਗਰਮ ਹੋਏ ਖੜ੍ਹੇ। ਇੱਧਰ ਲਿਆ, ਇੱਧਰ ਇਸ ਸਾਈਡ 'ਤੇ ਲਿਆ ਯਾਰ, ਚੱਲ ਜਾ ਲੈ ਜਾ। ਰੋਟੀ ਅਸੀਂ ਖਾ ਲਈ ਆ, ਖਾ ਕੇ ਨਾ ਹੁਣ ਥੋੜ੍ਹਾ ਚੱਲੇ ਹਾਂ ਬਾਹਰ ਨੂੰ ਫਿਰਨ ਵਾਸਤੇ। ਜ਼ਫਰਾਨੀ ਦਿਖਾ ਦਈਏ ਸ਼ਹਿਰ, ਪਹਿਲੀ ਵਾਰੀ ਆਇਆ ਨਾ, ਅਤੇ ਸ਼ਹਿਰ ਸ਼ੁਰ ਘੁਮਾ ਗਏ ਥੋੜ੍ਹਾ ਜਿਹਾ। ਠੀਕ ਹੈ ਜ਼ਫਰਾਨੀ? ਠੀਕ ਹੈ ਬਾਈ, ਖੁਸ਼ ਆ ਨਾ? ਖੁਸ਼ ਆ, ਖੁਸ਼ ਆ। ਅੱਛਾ ਕੱਪੜਾ ਲਾ ਦਿਓ, ਤੋਂ ਇੰਨੀ ਸਰਦੀ ਤਾਂ ਕੋਈ ਨਹੀਂ ਹੈਗੀ। ਅੱਛਾ ਧੁੱਪ ਲੱਗਦੀ ਪਈ,
ਬਥੇਰਾ ਇੰਨਾ ਫੇਰਾ ਕਿ ਹੋਰ ਫਿਰਨਾ ਹਜੇ ਯਾਰ ਇੱਥੇ ਦੇਖੀ ਕਿਹੜੀ ਸ਼ਾਇ ਅੱਗੇ ਚਲੀ ਹੈ ਅੱਗੇ ਕੋਈ ਦੁਕਾਨ ਆ ਗਈ ਤੈਨੂੰ ਖਲਾਣੀ ਪੈਣੀ ਕੋਈ ਸ਼ਾਇ ਫੇ ਖਵਾ ਦਿਓ ਯਾਰ ਬਾਅਦ 'ਚ ਤਾਂ ਜਾਣਾ ਇਹ ਤੋਂ ਅੱਗੇ ਨਹੀਂ ਜਾਣਾ ਹੈਗਾ ਆਪਾਂ ਅੱਗੇ ਕਿਹਾ ਸਾਨੂੰ ਘਾਟਾ ਜਿਹੜਾ ਯਾਰ ਸਾਹਮਣੇ ਦੇਖ ਲਾ ਵੇੜਨਾ ਲੱਗਿਆ ਹੋਇਆ ਵਾ ਆ ਯਾਰ ਫੈਕਟਰੀ ਲੱਗੀ ਹੋਈ ਦਾਲ ਵਾਲੀ ਅੱਛਾ ਹੋਰ ਤੂੰ ਕੀ ਦੇਖਣਾ ਹਜੇ ਚਲਾ ਚਲੀ ਫਿਰ ਆਜਾ ਜਦ ਆ ਜਾ ਓਏ ਅਜਾਜ਼ ਨਹੀਂ ਆਉਣਾ ਤੂੰ ਪਹਿਲੇ ਚੜ੍ਹ ਕੇ ਬੈਠਾ ਉੱਤੇ ਕਿੱਥੇ ਤੇਰਾ ਫੀਟਰ ਕਿੱਥੇ ਆ ਚਲੋ ਮੈਂ ਲੈ ਕੇ ਆਉਂਦਾ ਆ ਲੈ ਫੜ ਲਾ ਕਿੱਥੇ ਟੰਗ ਦਵਾਂ ਤੇਰੇ ਕੋਲ ਪੀ ਹੁੰਦਾ ਫੜ ਨਹੀਂ ਹੁੰਦਾ ਤੇਰੇ ਕੋਲੋਂ ਡਿੱਗ ਜਾਂਦਾ ਵਾ ਯਾਰ ਮਾਰੇ ਦੇ ਛੋਰ ਨੂੰ ਸ਼ਾਬਾਸ਼ ਤੇਰੇ ਪਿੰਡ ਦਾ ਕੀ ਹੋ ਗਿਆ ਅੱਲਾ ਮਾਫੀ ਦਾ ਚੱਲਾ ਕਿਹੜੇ ਬੈਂਚ ਦੇ ਸਾਨੂੰ ਲਾ ਕੇ ਦੇ ਯਾਰ ਹਾਂ ਤੇਰੇ ਕਿਹੜਾ ਵਿਕਣ ਡਿਆ ਨਾਲੇ ਸਹੀ ਹੈ ਜ਼ਬਰਦਸਤ ਛਡਾਣੇ ਹੁਣ ਆਪ ਦੋ ਮੁੰਡੇ ਇੱਕ ਮੁੰਡਾ ਵਾ ਦੋ ਛੋਰ ਯਾਰ ਅੱਛਾ ਕਿ ਇੱਕ ਪਾਣਾ ਦੋਵਾਂ ਦੇ ਹੈ ਦੋ ਪਾਵਾਂਗਾ ਹਾਂ ਇੱਕ ਉਹਦੇ ਤੇ ਇੱਕ ਉਹਦੇ ਇੱਕ ਉਹਨੂੰ ਤੇ ਇੱਕ ਉਹਨੂੰ ਪਾਵਾਂ ਹਾਂ ਦਿੱਦਾਂ ਹੀ ਮੈਂ ਵੀ ਤੇ ਹੀ ਕਹਿੰਦਾ ਮੈਂ ਤੈਨੂੰ ਮਾਲੇ ਹੁਣ ਠੀਕ ਹੋ ਗਏ ਮੈਂ ਹੁਣ ਇਸ ਗਲੀ ਚੱਕਰ ਨਹੀਂ ਲੈਣਾ ਹੈ ਚੱਕਰ ਨਹੀਂ ਮੈਂ ਹੁਣੇ ਆਉਣਾ ਪੈ ਵਾਪਸ ਬਸ ਇਸ ਗਲੀ ਨਾ ਹੀ ਮੁੜ ਕੇ ਤੂੰ 580 ਰੁਪਏ ਦੇ ਦੇਣਾ 580 550 ਐਂਡ ਹੋ ਗਏ ਹੁਣ 580 ਯਾਰ ਯਾਰ ਨਹੀਂ ਇੱਧਰ ਸੁਣ ਕਮੇਟੀ ਪਿਆਰ ਵਾਲੀ ਦੀ ਹੁੰਦੀ ਨਾ ਵਿੱਚ ਨਹੀਂ ਨਹੀਂ ਉਹ ਮੈਂ ਕੱਢ ਲਈ ਅੱਛਾ ਯਾਰ ਤੂੰ ਜਾ ਨਾ ਤੂੰ ਇਸ ਗਲੀ ਨਹੀਂ ਆਉਣਾ ਬਸ ਤੂੰ ਤੂੰ ਪਹਿਲੀ ਗਲੀ ਲੰਘ ਜਾ ਕਰੀ ਬਸ ਜਾ ਐਤਵਾਰ ਹੋ ਗਿਆ ਪੂਰਾ ਬਸ ਸਜ਼ਾ ਦੇਰ ਤਾਂ ਹੀ ਲੱਗਿਆ ਪਿਆ ਅੱਜ ਤਾਂ ਅੱਜ ਨੋਟ ਤਾਂ ਨਹੀਂ ਇਕੱਠੇ ਕਰੂ ਕਿਤੇ ਲਿਆ ਕਿਹੜੀ ਟਾਫੀ ਆ ਗਿਬਸ ਵਾਲਿਆਂ ਦੀ ਸਰਦੀਆਂ ਪੂਰੀਆਂ ਸਫ਼ਦਰ ਤਕਰੀਬਨ ਵਿਹਲਾ ਹੀ ਹੁੰਦਾ ਹੁਣ ਗਰਮੀਆਂ ਆ ਗਈਆਂ ਫਰਿੱਜਾਂ ਦਾ ਕੰਮ ਹੁਣ ਵੱਧ ਜਾਣਾ ਵਾ ਥੋੜ੍ਹੇ ਰਾਤ ਦੇਰ ਤੱਕ ਇੱਥੇ ਲੱਗੇ ਰਿਹਾ ਕਰਨਾ ਜਿੱਦਾਂ ਕਿ ਸਾਡੀ ਗਰਮੀਆਂ 'ਚ ਰੂਟੀਨ ਹੁੰਦੀ ਆ ਫਿਰ ਗਰਮੀਆਂ ਵਿੱਚ ਆ ਕੇ ਕਿੱਥੇ ਬੋਤਲ ਸ਼ੋਤਲ ਪੀਦੀ ਇਸ਼ਤ ਬਾਅਦ ਆ ਕੇ ਰੂਟੀਨ ਸ਼ੁਰੂ ਹੋ ਜਾਏਗੀ ਫਿਰ ਅੱਗੇ ਤੋਂ ਤੁਹਾਨੂੰ ਮੈਂ ਦਿਖਾਉਂਦਾ ਹੁਣ ਸਫ਼ਦਰ ਫਰਿੱਜ ਬਣਾਉਂਦਾ ਪਿਆ ਕਿੱਦਾਂ ਬਣਾਉਂਦਾ ਪਿਆ ਸਭ ਆ ਕੀ ਕਰਦਾ ਪਿਆ ਢਾਈ ਪਿਆ ਫਰਿੱਜ ਰੁਕ ਸਭੇ ਉਹ ਤੇਰੀ ਉਹ ਨਹੀਂ ਵੀਡੀਓ ਸੀ ਬਾਲਟੀ ਵਾਲੀ ਉਹ ਹਜੇ ਵੀ ਪਈ ਹੈ ਮੇਰੇ ਕੋਲ ਮੈਂ ਤਾਂ ਨਾ ਆਪ ਬੜਾ ਖੁਸ਼ ਹਾਂ ਮੇਰੀ ਵੀਡੀਓ ਟਾਈਮ ਨਾਲ ਚੜ੍ਹ ਗਈ ਸੀਗੀ ਕੋਠੇ ਦੇ ਬਨੇਰੇ 'ਤੇ ਫੋਨ ਰੱਖਿਆ ਜਾ ਕੇ ਤਾਂ ਕੋਈ ਚੜ੍ਹੀ ਵੀਡੀਓ ਟਾਈਮ ਨਾਲ ਸਾਡਾ ਅੱਜ ਦਾ ਭਲਾ ਕਿੰਨੇ ਸੀ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼ ਠੀਕ ਹੈ ਸਫ਼ਦਰ ਉਹ ਤੇਰਾ ਕੰਮ ਤਾਂ ਭਾਈ ਢੇਗਾ ਹਜੇ ਚੱਲਦੇ ਹਾਂ ਠੀਕ ਹੈ ਫਿਰ ਹੈ ਓਕੇ ਜੀ ਅੱਲਾ ਹਾਫਿਜ਼